ਹੱਲਾ ਸਰ ਔਖੇ ਆ ਸਰ, ਦਿਹਾੜੀ ਤਾਂ ਪਾ ਮਾੜਾ ਮੋੜ ਮਿਲ ਜਾਂਦਾ ਕਿਸੇ ਵੇਲੇ ਲਾ ਕੇ ਕੰਮ ਆਪਣਾ ਘਰ ਦਾ ਗੁਜ਼ਾਰਾ ਕਰਨ ਦੇ ਪੈਣੇ ਸਰ। ਘਰ ਦੇ ਹਾਲਾਤ ਘਰ ਦੇ ਹਾਲਾਤ ਸਰ ਤੁਸੀਂ ਵੀਡੀਓ ਰਾਹੀਂ ਵੇਖ ਹੀ ਲੈਣੇ ਸਰ ਕਿਸ ਤਰ੍ਹਾਂ ਦੇ ਆ। ਕਿੰਨਾ ਕੁ ਸੰਘਰਸ਼ ਕਰਨਾ ਪੈਂਦਾ ਜ਼ਿੰਦਗੀ 'ਚ, ਕਿਉਂਕਿ ਅੱਜ ਕੱਲ੍ਹ ਬਗੈਰ ਅੰਗ ਤੋਂ ਕੰਮ ਕਰਨਾ ਬੜਾ ਔਖਾ ਬਣ ਜਾਂਦਾ। ਇੱਥੇ ਜਿਨ੍ਹਾਂ ਦੇ ਅੰਗ ਪੈਰ ਹੈਗੇ ਨੇ ਉਹਨਾਂ ਨੂੰ ਕੰਮ ਬੜਾ ਔਖਾ ਮਿਲਦਾ, ਕਿੱਦਾਂ ਫਿਰ ਦਿਹਾੜੀ ਲੱਭਦੀ? ਬੜੀ ਔਖੀ ਸਰ, ਕੋਈ ਜਿੱਦਾਂ ਕਿ ਲੋੜਵੰਦ ਕੋਈ ਬੰਦਾ ਜਿਹਨੇ 500 ਭਰਨਾ 200 ਵਾਲੇ ਕੋ ਆ ਜਾਂਦਾ ਵੀ ਇਹਨੂੰ ਲੈ ਜਾਓ ਨਾਲ, ਉੱਥੇ ਰਾਖੀ ਕਰ ਲਓ ਚਾਹੇ ਕੋਈ ਹੋਰ ਛੋਟਾ ਮੋਟਾ ਕੰਮ ਦੇ ਕੇ। ਤੇ ਕਿੱਦਾਂ ਫਿਰ ਬੱਚੀ ਦੇ ਨਾਲ ਕਿੱਦਾਂ ਜ਼ਿੰਦਗੀ ਕੱਟਦੇ ਹੋ, ਕਿਉਂਕਿ ਦਿਹਾੜੀ ਔਖੀ ਲੱਗਦੀ ਹੈ? ਕਿੰਨੇ ਕੁ ਪੈਸੇ ਬਣਾ ਲੈਂਦੇ ਬਾਰੇ? ਸਰ 2-3 ਹਜ਼ਾਰ ਰੁਪਇਆ ਮਹੀਨੇ ਦਾ ਬਣ ਜਾਂਦਾ। ਪੈਨਸ਼ਨ ਪੁਨਸ਼ਨ ਸਰਕਾਰ ਵੱਲੋਂ? ਕੋਈ ਪੈਨਸ਼ਨ ਨਹੀਂ ਸਰ ਲੱਗੀ। ਕਿਸੇ ਤਰ੍ਹਾਂ ਦੀ ਕੋਈ ਮਦਦ ਹੋਰ ਇਸ ਤੋਂ ਇਲਾਵਾ? ਨਹੀਂ ਸਰ, ਰਾਸ਼ਨ ਕਾਰਡ ਤੋਂ ਇਲਾਵਾ ਕੋਈ ਮਦਦ ਨਹੀਂ ਹੈਗੀ। ਹਾਂਜੀ, ਸਾਡੇ ਘਰ ਦੇ ਹਾਲਾਤ ਬਹੁਤ ਮਾੜੇ ਜੋ, ਅਤੇ ਘਰ ਦਾ ਗੁਜ਼ਾਰਾ ਵੀ ਬਹੁਤ ਮੁਸ਼ਕਿਲ ਹੁੰਦਾ ਜੋ। ਅਤੇ ਛੋਟੀ ਸਾਡੀ ਗੁੜੀਆ 1.5 ਸਾਲ ਦੀ, ਅਤੇ ਉਹਦੇ ਨਾਲ ਸਾਨੂੰ ਜ਼ਿਆਦਾ ਮੁਸ਼ਕਿਲ ਹੋਣ ਡੀ ਜੋ, ਮਤਲਬ ਵੀ ਉਹਦੀ ਦਵਾਈ ਦਾਰੂ ਕਿਸ ਤਰ੍ਹਾਂ ਆਪਾਂ ਚਲਾਉਂਦੇ ਪਏ ਹਾਂ ਸਾਨੂੰ ਪਤਾ, ਜਾਂ ਸਾਡੇ ਰੱਬ ਨੂੰ ਪਤਾ ਜੋ। ਅਤੇ ਮਤਲਬ ਵੀ ਕਈ ਵਾਰੀ ਤਾਂ ਉਹਦੇ ਦੁੱਧ ਤੋਂ ਜ਼ਿਆਦਾ ਮੁਸ਼ਕਿਲ ਹੁੰਦੀ ਜੋ, ਅਸੀਂ ਇੱਦਾਂ ਹੀ ਫੜ ਧਰ ਕੇ ਅਤੇ ਦੁੱਧ ਦਾ ਗੁਜ਼ਾਰਾ ਉਹਦਾ ਕਰਨੇ ਜੋ, ਬਹੁਤ ਘਰ ਦਾ ਮੁਸ਼ਕਿਲ ਹੁੰਦੀ ਜੋ। ਸਾਡੇ ਰਿਸ਼ਤੇਦਾਰ ਅਸੀਂ ਕਾਫੀ ਕਿਹਾ ਸੀ ਅਤੇ ਨਹੀਂ ਜੋ, ਮਤਲਬ ਕਿ ਉਹ ਅੱਗੇ ਆਏ। ਸਰਕਾਰ ਵੱਲੋਂ ਸਰ ਕੋਈ ਮਦਦ ਨਹੀਂ ਸਾਡੀ ਹੋਈ, ਇਹੋ ਹੀ ਆ ਵੀ ਸਾਡਾ ਰਾਸ਼ਨ ਕਾਰਡ ਬਸ ਬਣਿਆ ਜੋ, ਹੋਰ ਕੋਈ ਨਹੀਂ ਸਰਕਾਰ ਵੱਲੋਂ ਮਦਦ ਹੋਈ। ਹਾਂਜੀ, ਇਹ ਵੀ ਡਰ ਜੋ ਸਾਨੂੰ ਵੀ ਪਤਾ ਨਹੀਂ ਕਦੋਂ ਮੀਂਹ ਕਣੀ, ਤੁਹਾਨੂੰ ਪਤਾ ਹਨੇਰੀ ਤੂਫਾਨ ਕਦੋਂ ਆ ਜਾਂਦਾ ਵਾ, ਅਤੇ ਇਹ ਸਾਨੂੰ ਜ਼ਿਆਦਾ ਡਰ ਹੁੰਦਾ ਜੋ ਵੀ ਕਦੋਂ ਸਾਡੇ ਬਾਲੇ ਡਿੱਗ ਜਾਣੇ ਆ, ਅਤੇ ਸਾਨੂੰ ਆਪਣੀ ਬੇਟੀ ਦੇ ਨਾਲ ਜ਼ਿਆਦਾ ਡਰ ਹੁੰਦਾ ਜੋ। ਹਾਲਾਤ ਤਾਂ ਵੇਖ ਲਓ ਉਹਨਾਂ ਦਾ, ਦੋ ਵੀ ਚਾਰੀ ਉੱਦਾਂ ਦੀ ਆ, ਉਹਦੇ ਵੀ ਹੱਥਾਂ ਪੈਰ ਕੰਮ ਨਹੀਂ ਕਰਦੇ। ਅੱਗੇ ਤੁਸੀਂ ਹਿਸਾਬ ਲਾ ਲਓ ਕਿ ਕੀ ਹਿਸਾਬ ਕਿਤਾਬ ਚੱਲਦਾ। ਹਾਂ ਹਾਂ, ਕੰਮ ਜਦੋਂ ਹੱਥ ਨਹੀਂ ਕਰੂਗਾ ਤਾਂ ਕਾਹਦੇ ਨਾਲ ਕਰੂਗਾ, ਨਾ ਉਹ ਕੋਈ ਗੋਡੀ ਗੋਡੀ ਨਹੀਂ ਕਰ ਸਕਦਾ, ਕੋਈ ਕਣਕ ਨਹੀਂ ਕਰ ਸਕਦਾ, ਕੱਟ ਨਹੀਂ ਖਾ ਸਕਦਾ। ਹਾਲਾਤ ਪਿੰਡ 'ਚ ਨਹੀਂ ਕੁਛ ਹੋਰਦਾ ਜੀ, ਕਾਨੂੰਨ ਨਹੀਂ ਤੁਹਾਨੂੰ ਪਤਾ ਹੀ ਆ, ਮਾੜੇ ਦੀ ਕੌਣ ਸੁਣਦਾ ਵਾ। ਅਜੇ ਤਾਂ ਪੈਨਸ਼ਨ ਨਹੀਂ ਲੱਗੀ ਉਹਨਾਂ ਨੇ ਦੱਸਿਆ? ਆਹੋ, ਨਹੀਂ ਲੱਗੀ ਨਾ।